ਹੁਣ ਤੁਸੀਂ ਆਪਣੇ ਮੋਬਾਈਲ ਤੋਂ 2 ਮਿੰਟ ਦੇ ਵਿੱਚ ਕਿਸੇ ਵੀ ਸ਼ਹਿਰ ਦੀ ਜਾਂ ਪਿੰਡ ਦੀ ਵੋਟਰ ਸੂਚੀ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵੋਟਰ ਸੂਚੀ ਡਾਊਨਲੋਡ ਕਰਨੀ ਸਿਖਾਵਾਂਗੇ। ਸੋ ਵੀਡੀਓ ਨੂੰ ਅੰਤ ਤੱਕ ਤੇ ਧਿਆਨ ਨਾਲ ਦੇਖਣਾ ਤਾਂ ਕਿ ਕੋਈ ਗੱਲ ਰਹਿ ਨਾ ਜਾਵੇ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਨੂੰ ਤੇ ਬੈਲ ਆਈਕਨ ਨੂੰ ਦਬਾ ਕੇ ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਲੈਣਾ ਹੈ ਤਾਂ ਕਿ ਜੋ ਵੀ ਜਾਣਕਾਰੀ ਵਾਲੀ ਵੀਡੀਓ ਇਸ ਚੈਨਲ ਤੇ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਦੋਸਤੋ ਆ ਵੈਬਸਾਈਟ ਆ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ। ਇਹਦੇ ਵਿੱਚ ਜਾ ਕੇ ਤੁਸੀਂ ਆ 3 ਲਾਈਨਾਂ ਆ ਰਹੀਆਂ ਨੇ ਇਹਦੇ ਉੱਤੇ ਦੱਬਣਾ ਵਾ। ਜਦੋਂ ਇਹਦੇ ਉੱਤੇ ਦੱਬੋਗੇ ਤੇ ਆ ਦੇਖੋ ਉੱਤੇ ਆ ਰਿਹਾ ਵਾ ਇਲੈਕਟ੍ਰੋਲ ਰੋਲਸ, ਇਹਦੇ ਉੱਤੇ ਦੱਬ ਦੇਣਾ ਵਾ। ਜਦੋਂ ਇਹਦੇ ਉੱਤੇ ਦੱਬੋਗੇ ਤਾਂ ਆ ਦੇਖੋ ਫੋਟੋ ਇਲੈਕਟ੍ਰੋਲ ਰੋਲਸ ਆ ਰਿਹਾ ਵਾ, ਇਹਦੇ ਉੱਤੇ ਦੱਬ ਦੇਣਾ ਵਾ। ਜਦੋਂ ਇਹਦੇ ਉੱਤੇ ਦੱਬੋਗੇ ਤਾਂ ਆ ਦੇਖੋ ਇੱਕ ਨਕਸ਼ਾ ਆ ਜਾਏਗਾ। ਇਸਦੇ ਵਿੱਚ ਜਿੱਥੇ ਵੀ ਤੁਹਾਡਾ ਜ਼ਿਲ੍ਹਾ ਵਾ, ਜਿਵੇਂ ਮੇਰਾ ਜ਼ਿਲ੍ਹਾ ਗੁਰਦਾਸਪੁਰ ਆ, ਮੈਂ ਇਸ ਦੇ ਏਰੀਏ ਉੱਤੇ ਦੱਬਾਂਗਾ। ਜਦੋਂ ਇਹਦੇ ਉੱਤੇ ਦੱਬਾਂਗਾ ਤਾਂ ਆ ਦੇਖੋ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਹੀ ਹਲਕੇ ਖੁੱਲ ਗਏ ਹਨ। ਇਸ ਦੇ ਵਿੱਚ ਮੈਂ ਜਿਵੇਂ ਫਤਿਹਗੜ੍ਹ ਚੂੜੀਆਂ ਹਲਕੇ ਦਾ ਵਾ ਤਾਂ ਮੈਂ ਇੱਥੇ ਫਤਿਹਗੜ੍ਹ ਚੂੜੀਆਂ ਦੇ ਏਰੀਏ ਤੇ ਦੱਬ ਦਵਾਂਗਾ। ਜਦੋਂ ਮੈਂ ਫਤਿਹਗੜ੍ਹ ਚੂੜੀਆਂ ਏਰੀਏ ਤੇ ਦੱਬਾਂਗਾ ਤੇ ਆ ਦੇਖੋ ਫਤਿਹਗੜ੍ਹ ਚੂੜੀਆਂ ਦੇ ਬਾਰੇ ਜਾਣਕਾਰੀ ਆ ਗਈ ਆ। ਇਸ ਦੇ ਵਿੱਚ ਆ ਦੇਖੋ ਸਾਰਾ ਕੁਝ ਦੱਸਿਆ ਵਾ, ਇਸ ਦਾ MLA ਵੀ ਦੱਸਿਆ ਵਾ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਾ, ਸਾਰੀ ਜਾਣਕਾਰੀ ਆ ਜਾਏਗੀ। ਇੱਥੇ ਆ ਦੇਖੋ ਇਲੈਕਟ੍ਰੋਲ ਰੋਲਸ PDF ਤੇ ਦੱਬ ਦੇਣਾ ਵਾ। ਜਦੋਂ ਇਲੈਕਟ੍ਰੋਲਸ ਰੋਲ PDF ਤੇ ਦੱਬ ਦੋਗੇ ਤਾਂ ਆ ਦੇਖੋ ਪਿੰਡ ਆ ਗਏ ਆ। ਇੱਥੋਂ ਤੁਸੀਂ ਆਪਣਾ ਪਿੰਡ ਦੇਖ ਲੈਣਾ ਵਾ ਉੱਤੇ ਥੱਲੇ ਕਰਕੇ, ਜਿਹੜਾ ਵੀ ਤੁਹਾਡਾ ਪਿੰਡ ਆ ਉਸ ਦੇ ਉੱਤੇ ਦੱਬ ਦੇਣਾ ਵਾ। ਜਿਵੇਂ ਸਾਡਾ ਪਿੰਡ ਧਰਮਕੋਟ ਬੱਗਾ ਵਾ, ਮੈਂ ਇਸ ਦੇ ਉੱਤੇ ਦੱਬ ਦਵਾਂਗਾ। ਜਦੋਂ ਇਸ ਦੇ ਉੱਤੇ ਦੱਬੋਗੇ ਤੁਹਾਨੂੰ IM ਰੋਬਟ ਤੇ ਦੱਬਣਾ ਪਊਗਾ। ਜਦੋਂ IM ਰੋਬਟ ਤੇ ਦੱਬੋਗੇ ਸਹੀ ਵਗ ਜਾਏਗੀ, ਡਾਊਨਲੋਡ PDF ਫਾਈਲ ਕਰਨੀ ਪਵੇਗੀ। ਜਦੋਂ ਡਾਊਨਲੋਡ PDF ਫਾਈਲ ਕਰੋਗੇ ਤੇ ਤੁਹਾਡੀ ਵੋਟਰ ਸੂਚੀ ਡਾਊਨਲੋਡ ਹੋ ਜਾਏਗੀ। ਇਸ ਦੇ ਵਿੱਚ ਤੁਸੀਂ ਆਪਣੇ ਘਰ ਦਾ ਜਾਂ ਆਪਣੇ ਪਿੰਡ ਦੀਆਂ ਵੋਟਾਂ ਦੇਖ ਸਕਦੇ ਜੇ ਕਿਹੜੀਆਂ ਨਵੀਆਂ ਬਣੀਆਂ ਵਾ, ਕਿਹੜੀਆਂ ਕੱਟੀਆਂ ਗਈਆਂ ਵਾ। ਸੋ ਇਸ ਤਰ੍ਹਾਂ ਤੁਸੀਂ ਘਰ ਬੈਠੇ ਹੀ ਵੋਟਰ ਸੂਚੀ ਡਾਊਨਲੋਡ ਕਰ ਸਕਦੇ ਜੀ। ਧੰਨਵਾਦ।